ਮੈਡਮ ਜੀ ਛੇਤੀ ਆ ਜਾਓ, ਤੁਹਾਡੇ ਕਰਕੇ ਆਏ ਆ ਹੁਣ ਇੰਨੇ ਟਾਈਮ। ਲਓ ਜੀ ਆਪਾਂ ਹੁਣ ਚੱਲੇ ਆ ਕਬੱਡੀ ਦੇਖਣ। ਅੱਛਾ ਆ ਵੀ ਇਹਦੀ ਐਨਕ ਤੋਂ ਬਿਨਾਂ ਪਹਿਲਾਂ ਟੋਰ ਨਹੀਂ ਜੇ ਨਿਕਲਦੀ। ਹਾਂਜੀ ਵੀਰ ਜੀ ਤੁਸੀਂ ਬੋਲੋਗੇ ਕੁਛ? ਮੈਂ ਵਧੀਆ ਵਧੀਆ ਠੀਕ ਠਾਕ। ਐਂ ਦੀ ਚੜਦੀ ਫਿਰ ਮੋਟਰ ਫਿਰ ਬਰੋ ਇੱਧਰ ਦੀ ਕੀ ਬੜੀ ਨਾ ਵਾ ਚੋਟੀ ਦੇ ਖਿਡਾਰੀ ਮੇਰੇ ਵੀਰੋ ਕਮਲ ਤੇ ਮਨਜੋਤ ਜਿਨ੍ਹਾਂ ਨੇ ਆਪ ਤਕੜੀ ਕਬੱਡੀ ਖੇਡੀ ਬੇਅਪਲਾਟੀ ਦੀ ਟੀਮ ਲਈ। ਕਮਲ ਤੇ ਮਨਜੋਤ ਸੁੱਖਾ ਰਾਜੂ ਵਾਲੇ ਸਾਡੇ ਵੀਰ ਉਹ ਵੀ ਅਚੇਚੇ ਤੌਰ ਤੇ ਆਏ ਆ। ਕਮਲ ਵੀਰ ਬਹੁਤ ਬਹੁਤ ਧੰਨਵਾਦ, ਮਨਜੋਤ ਉਹਨਾਂ ਦਾ, ਸਾਰੇ ਭਰਾਵਾਂ ਦਾ। ਸਾਹਮਣੇ ਸੁਲਤਾਨ ਕਬੱਡੀ ਪਾ ਰਿਹਾ ਬੇਅਪਲਾਟੀ ਦੀ ਟੀਮ ਵੀ ਕਹਿੰਦੇ ਸਿਰੇ ਦੀ ਟੀਮ ਹੈ ਤੇ ਸਾਹਮਣੇ ਦੁਨੀਆਂ ਦਾ ਅੱਜ ਦਾ ਟੋਪ ਰੇਡਰ ਹੈ, ਦੁਨੀਆਂ ਦੇ ਵਿੱਚ ਨਾਮ ਹੈ, ਇਹਦੀ ਖੇਡ ਦੀਆਂ ਸ਼ਰਤਾਂ ਹੁੰਦੀਆਂ ਤੇ ਸਾਹਮਣੇ ਬਾਬਾ ਮਿਹਰ ਕਰੇ, ਸੱਚੇ ਪਾਤਸ਼ਾਹ ਮਿਹਰ ਕਰੇ। ਬਾਬਾ ਮੇਰ ਕਰੇ ਠੀਕ ਹੈ, ਥੋੜੀ ਸਿਰ ਤੇ ਸੱਟ ਲੱਗੀ ਹੈ, ਕੱਠ ਨਾ ਕਰੋ ਪਲੀਜ਼ ਬੋਲੇ। ਥੋੜਾ ਗੋਡਾ ਲੱਗਿਆ ਠੀਕ ਹੈ, ਨੌਜਵਾਨ ਨੇ ਇੱਕ ਵਾਰੀ ਤਾੜੀਆਂ ਮਾਰ ਕੇ ਅਸ਼ੀਰਵਾਦ ਦੇ ਦਿਓ। ਐਸਾ ਨੇ ਦਲੀਪ ਪੈਗੰਬਰ ਜਲੂਕਾ ਲਾਗੇ ਪਾਉਣ ਦਾ ਵਾਅਦਾ ਕਰਦਾ ਹੋਇਆ, ਉਧਰ ਇਸ਼ਾਰਾ ਵੀ ਹੋ ਰਿਹਾ ਹੈ। ਦੋ ਦੋ ਕਬੱਡੀਆਂ ਦਾ ਤੀਰ ਸਟਵਾਲ ਜੀ, ਦੋ ਦੋ ਕਬੱਡੀਆਂ ਦਾ ਉਧਰ ਸਕੋਰਰ ਇਸ਼ਾਰਾ ਦੇ ਰਿਹਾ ਹੈ। ਸਾਹਮਣੇ ਨੌਜਵਾਨ ਗੱਭਰੂ ਦੀ ਪਈ ਹੋਈ ਕਬੱਡੀ ਤੇ ਰੋਜੀ ਵੀਰ ਗੱਲ ਕਰ ਰਿਹਾ। ਬਹੁਤ ਤਕੜਾ ਮੈਚ, ਦਰਸ਼ਕ ਵੀਰੋ ਜਿਹਨਾਂ ਜਿਹਨਾਂ ਨੂੰ ਪਹਿਲੇ ਮੈਚ ਦਾ ਸਵਾਦ ਆ, ਇੱਕ ਵਾਰੀ ਖਿਡਾਰੀਆਂ ਦੀ ਮੇਰੇ ਵੀਰੋ ਬੰਦੇ ਦੀ ਹੈਬਿਟ ਬਣ ਜਾਂਦੀ ਹੈ, ਹਰ ਕਬੱਡੀ ਦੀ ਦੁਨੀਆਂ ਦਾ ਟਾਪਰ ਜਾਫੀ ਕਬੱਡੀ ਦਾ ਡੀਟੀਓ ਕਹਿੰਦੇ ਸੁਖਮਨ ਅਰਸ਼ ਵੀ ਨਿਊਜ਼ੀਲੈਂਡ ਦੇ ਵਿੱਚ ਪੁੱਜ ਗਏ। ਇੱਕ ਵਾਰੀ ਤਾੜੀਆਂ ਮਾਰੋ ਦਰਜੀ ਵੀਰੋ, ਐਸਬੀਐਸ ਸਪੋਰਟਸ ਕਲੱਬ ਦੇ ਲਈ ਐਨ ਜੱਫਾ ਨੇ ਵੀਰੋ ਤਾੜੀਆਂ ਵੱਜ ਰਹੀਆਂ। ਸਾਹਮਣੇ ਟੱਕਰ ਸਿਰੇ ਦੀ ਹੈ, ਨੌਜਵਾਨ ਗੱਭਰੂ ਇਸ ਵੇਲੇ ਬੱਲੇ ਬੱਲੇ ਕਾਊਂਟ ਕਰਵਾ ਗਿਆ, ਇਹ ਤਾੜੀਆਂ ਜ਼ੋਰਦਾਰ ਐਨ ਨੌਜਵਾਨ ਨੇ ਕਹਿੰਦੇ ਗੋਲ ਦਿੱਤਾ ਧਾਵਾ ਹੈ। ਚਾਰ ਜਾਫੀਆਂ ਦੇ ਵਿੱਚ ਹੁਣ ਕਿਹੜਾ ਖਿਡਾਰੀ ਲਾ ਕੇ ਜੱਫਾ ਬੱਲੇ ਬੱਲੇ ਕਰਵਾਵੇਗਾ? ਇੱਕ ਕੰਨੀ ਤੇ ਵਾਹਿਗੁਰੂ ਹੈ, ਨਾਲ ਕੁਲਦੀਪ ਹੈ, ਆਓ ਸਾਹਮਣੇ ਵਾਹਿਗੁਰੂ ਸੀਟੀ ਵਾਲ ਦੀ ਧਰਤੀ ਦਾ ਪਰ ਅੰਬਾ ਤਕੜਾ ਨੰਬਰ ਜੋੜਦਾ ਹੋਇਆ ਜੋਗੇ ਵਾਲੀਆ ਨੰਬਰ ਗਗਨ ਜੋਗੇ ਵਾਲੀਏ ਦਾ ਆਹ ਸੁੱਖਾ ਮੱਗਾ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਅਤੇ ਗਰਮੀ ਥੋੜੀ ਜਿਹੀ ਜ਼ਿਆਦਾ ਕਰ ਰਿਹਾ ਲਓ ਸੁੱਖਾ ਮੱਗਾ ਕਬੱਡੀ ਪਾ ਰਿਹਾ। ਕਹਿੰਦੇ ਗੁਰਦਾਸਪੁਰ ਲਾਇਨਸ ਨੇ ਸ਼ਿਕਾਰ ਪਿਆਉਂਦਾ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਆ। ਇੱਕ ਪਾਸੇ ਟੀਟੀਓ ਮੈਨੂੰ ਲੱਗਦਾ ਚਲਾਨ ਕੱਟਦਾ ਕੱਟੂ ਜਾਂ ਫਿਰ ਕਹਿੰਦੇ ਸੁੱਖਾ ਮੱਗਾ ਟੀਮ ਆਪਣੀ ਨੇ ਪੁਆਇੰਟ ਦਾ ਵਾਧਾ ਕਰੂ, ਨਜ਼ਾਰਾ ਖੇਡ ਕਬੱਡੀ ਦਾ ਹੰਦਿਆਂ ਦੇ ਲਾਗੇ ਕਰਕੇ ਲਵਲੀ ਵੇਰਾ ਕਹਿੰਦੇ ਨੇ ਸਾਹਮਣੇ ਪਈ ਹੋਈ ਰੇਡ ਤੇ ਜਾਫੀ ਦੇਖ ਲਾਂਗੇ ਇਸ ਵੇਲੇ ਫੇਰ ਟੱਕਰ ਸਿਰੇ ਦੀ ਮਾਧੋਪੁਰੀ ਹੈ। ਇਹ ਹੈ ਨੌਜਵਾਨ ਬਿੱਲਾ ਗੁਰਮਾ ਵਾਲਾ ਭਾਊ ਗੁਰਮਾ ਵਾਲਾ ਪ੍ਰਸਿੱਧ ਖਿਡਾਰੀ ਪੁੱਜਿਆ ਹੋਇਆ ਗੁਰਦੀਪ ਤੇ ਬਿੱਲਾ ਨੰਬਰ ਕਹਿੰਦੇ ਕੇਲੇ ਦਾ ਜੇਕਰ ਤੁਕਿਆ ਕਹਿੰਦੇ ਟੱਕਰ ਹੋ ਗਈ ਦੁਨੀਆਂ ਨੇ ਸਵਾਦ ਤਾਂ ਵੀ ਲੈਣਾ, ਜੇਕਰ ਵਾਹਿਗੁਰੂ ਪੈ ਗਿਆ ਤੇ ਨਜ਼ਾਰਾ ਤਾਂ ਵੀ ਓਦਾਂ ਹੀ ਆਉਣਾ ਦਰਸ਼ਕ ਵੀਰੋ, ਜਾਂ ਫਿਰ ਕਹਿੰਦੇ ਗੁਰੂ ਹੈ ਛੋਟੀਆਂ ਬੜਾ ਉੱਧਰ ਵੇਖੋ ਦੁਕਿਆ ਬੜਾ ਪ੍ਰਿੰਸ ਕਬੱਡੀ ਦਾ ਉਹ ਮੁੰਡਾ ਕਿੱਲਾ ਦਾ ਜੱਫੇ ਲਾਉਂਦਾ ਅੜ ਅੜ ਕੇ, ਉਹ ਵੇਖੋ ਨਜ਼ਾਰਾ ਖੇਡ ਕਬੱਡੀ ਦਾ ਗੱਲ ਗੱਲ ਕਰੋ ਗੋਰਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਐਨ ਚਾਰ ਜਾਫੀਆਂ ਦੇ ਵਿੱਚ ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਹੈ, ਵਾਹਿਗੁਰੂ ਹੈ ਸੀਟੀ ਵਾਲੀ ਹੈ ਐਨ ਬੱਲੇ ਬੱਲੇ ਕਰਾਈ ਮੁੰਡੇ ਨੇ ਕਨੇਡਾ ਦੀ ਧਰਤੀ ਤੇ ਵੀ ਮੇਰੇ ਵੀਰੋ। ਇਹ ਹੈ ਬੋਟਨੀ ਦੀ ਟੀਮ ਦੇ ਲਈ ਐਸਬੀਐਸ ਬੋਟਨੀ ਦੀ ਹੈ ਸਾਂਝੇ ਤੌਰ ਤੇ ਬਣੀ ਹੋਈ ਟੀਮ, ਬਿੱਲਾ ਮੂਸਾਪੁਰੀ ਹੈ ਸਾਡਾ ਵੀਰ, ਮਨਦੀਪ ਜਾਲਪੁਰੀ ਹੈ, ਕੁਲਦੀਪ ਸਿੰਘ ਨਾਲ ਸੁੱਖਾ ਗਿੱਲ ਬਿੱਲਾ ਕਰਮੋ ਵਾਲੀ ਹੈ, ਕੁਲਜੀਤ ਹੈਰੀ ਰਾਣਾ ਦੀਪ ਕੋਨਰ ਸ਼ਹਿਬਾਜ ਕੋਨਰ ਗੁਰਪ੍ਰੀਤ ਭੱਲਾ ਅਮਨ ਤੱਖਰ ਤੇ ਪਾਲ ਹਿੰਗਰਾ ਉਹਨਾਂ ਦੀ ਟੀਮ ਸਾਹਮਣੇ ਨੌਜਵਾਨ ਗੱਭਰੂ ਮੇਰੇ ਵੀਰੋ।
सारी गेम ही आ बंदे दी हो बंदे दी गेम ही सारी ए बंदे दी गेम ही सारी पानी मेरी सच कल छुट्टी जो मैडम जी छेती आ जाओ ताडे करके आए हैं हुण इन्ने टाइम कोई ना थैंक यू सो मच ताडा हेलो गाइस हाउ आर यू होप तुसी सारे वधिया होगे बट हाडे ਇਹ ਸਾਥੀ ਮੇਰੇ ਬਹੁਤ ਨਾਰਾਜ਼ ਹੋ ਗਏ ਬਿਕਾਜ਼ ਕਿਉਂਕਿ ਮੈਂ ਇਹਨਾਂ ਨੂੰ ਕਬੱਡੀ ਦੇ ਮੈਚ ਤੋਂ ਵਾਪਸ ਬੁਲਾ ਲਿਆ ਮੈਂ ਕੱਪੜੇ ਪਾਏ ਕੀਤੇ ਸੀਗੇ ਅਤੇ ਮੈਂ ਟਰਾਈ ਕੋਈ ਨਹੀਂ ਕਰਕੇ ਲੈ ਕੇ ਆਈ ਸੀ ਮੈਨੂੰ ਸਾਈਜ਼ ਨਹੀਂ ਆਇਆ ਅਤੇ ਮੇਰਾ ਲਾਸਟ ਟਾਈਮ ਸੀਗਾ ਮਤਲਬ ਕੀ ਸੀ ਕਿ ਲਾਸਟ ਡੇ ਸੀਗਾ ਫਿਰ ਡੇਜ਼ ਨਿਕਲ ਜਾਣੇ ਸੀ ਮੈਂ ਐਕਸਚੇਂਜ ਕਰਾਉਣੇ ਸੀਗੇ ਅਤੇ ਇਸ ਕਰਕੇ ਮੈਨੂੰ ਇਹਨਾਂ ਨੂੰ ਸੱਦਣਾ ਪਿਆ ਬਟ ਬਹੁਤ ਅਪਸੈਟ ਇਹਨਾਂ ਨੇ ਸ਼ਕਲਾਂ ਅਨਿਲ ਤਾਂ ਸਪੈਸ਼ਲੀ ਵਿਚਾਰਾ ਰੋਣ ਲੱਗ ਗਿਆ ਸੀਗਾ ਕਿ ਮੈਂ ਕਬੱਡੀ ਛੱਡ ਕੇ ਹੀ ਨਹੀਂ ਆਉਣੀ ਵਿਚਾਰਾ ਕੀ ਕਰ ਸਕਦੇ ਆ ਕੋਈ ਨਾ ਇਟਸ ਓਕੇ ਆਉਣਾ ਪੈਂਦਾ ਵਿਆਹ ਜਦੋਂ ਕਰਾਉਂਦਾ ਨਾ ਕੋਈ ਫਿਰ मैडम जी टाइम देख लो कि हो गया चलो चलो की फिर बोलो कलपे ही पए आ मेरे काफी सारा मेकअप भी खत्म हो गया टी शर्ट्स भी शक्लां देखो मेरे बाला दी कदी डैंड्रफ नहीं है ना पैंदा सिद्धी सच्ची गल मैं केयर बहुत करदा वाला दी केयर कर करके मेरे बाल चिट्टे हो गए किते किते पईयां छोटे हुंदे आ मैनूं पता तुसीं होर वी कुछ खांदे हुंदे हुण मैं की दसां यार बंदा इहनूं कई शर्म आए मैं ही पिछे हट जानी आ अकीला रे तेरे तों रहजू पोर कवारा नी जे तू मुकर गई फेरिया तो आही गल्ला मार दिया खिचा तेरे प्यार दिया मत कुड़ी दी मारिया कादी टेंशन लै ली नी जे यट पगाउंदा यारिया तेरे तो वारिया लगदे सो सिक कुड़े दादी को मेरे पुत ने मिस कर दो मेरा पुत इंडिया पापा तो अगे रेडी बैठा मां छड़ जाओ कल्ली इत्थे जाना वा आ वड़ो हाँ। तो कपड़े चेंज
ਜਾ ਫਿਰ ਭੱਜ ਕੇ ਜਾ ਫਾੜ ਮੈਂ ਲੈ ਕੇ ਆਵਾਂ ਫਿਰ ਕਿੱਥੇ ਪਿਆ ਬੈਗ ਉੱਥੇ ਗੱਡੀ ਚ ਪਿੱਛੇ ਸੁੱਤੇ ਸੀ ਤੇ ਡਿੱਗੀ ਚ ਉਹ ਵਾਲੀਆਂ ਸੀਟਾਂ ਯਾਰ ਕਿਆ ਮੈਂ ਸਿੰਦੀ ਨਹੀਂ ਮੈਂ ਸੋਨਾ ਪੋਤਾ ਚਾਚੂ ਹੈ ਮਨ ਸੀ ਤੋਏ ਖਲੋਤੀ ਦੇ ਵੇਖ ਹਾਂਜੀ ਚਾਚੂ ਦੀ ਫੈਨ ਪਾਣੀ ਚ ਨਹੀਂ ਜਾਣਾ ਪੁੱਤੂ ਫਿਰ ਕੱਪੜੇ ਗਿੱਲੇ ਹੋ ਜੂਗੇ ਨਾ ਸੋਨਿਆ ਦੂਰੋਂ ਦੂਰੋਂ ਦੇਖ ਲੋ ਚੈਟ ਕਰਨ ਦਿਆ ਵੀਰ ਮਨਦੀਪ ਹੁਣ ਚੁੱਕ ਨੀ ਸਕਦੀ ਕਹਿਣ ਜਾਣਾ ਹੁਣ ਕਿੱਥੇ ਆ ਦੇਖ ਲਾ ਨੀਲ ਫੇਰ ਹੁਣ ਨੀਲ ਇਹਨੇ ਟਾਈਮ ਵੇਸਟ ਕਰਾਉਣਾ ਹੀ ਆਪਣਾ ਨੀਲ ਕਹਿੰਦਾ ਮੈਨੂੰ ਪਤਾ ਟਾਈਮ ਵੇਸਟ ਨਹੀਂ 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 ਇੰਨਾ ਟਾਈਮ ਨਹੀਂ ਆਹੋ ਜੇ ਮੈਂ ਕੁਇਕਲੀ 5 ਮਿੰਟ ਲਾਵਾਂ ਪਹਿਲਾਂ 5 ਮਿੰਟ ਲਾਉਂਗੀ ਫਟਾਫਟ ਜਾਂਦਾ ਕਿੱਥੇ ਜਾਣਾ ਸੋਹਣਿਆ ਉੱਥੇ ਆਏ ਉੱਥੇ ਪਲੇ ਕਰਨ ਜਾਣਾ ਸੋਹਣੇ ਨੇ ਦੇ ਆ ਕਿੱਥੇ ਜਾਣਾ ਜਾਣਾ ਮਿੱਟੀ ਘਰ ਫਿਰ ਪਹਿਲਾਂ ਪਾਪਾ ਦੀ ਲਿੱਪੀ ਫਿਰ ਚੱਲੀ ਮੈਡਮ ਜੀ ਛੇਤੀ ਕਰੋ ਇੰਨਾ ਟਾਈਮ ਮਨਦੀਪ ਕਦੋਂ ਦੇ ਆਏ ਆਪਾਂ ਘੰਟਾ ਹੋ ਗਿਆ ਤੁਹਾਨੂੰ ਸ਼ੋਪ ਦੇ ਵਿੱਚ ਵੜੇ ਨੂੰ ਕਿਉਂ ਕਿੰਨਾ ਟਾਈਮ ਹੋ ਗਿਆ ਭਲਾ ਆਇਆ ਨਾ ਤੁਹਾਨੂੰ ਅਜੇ ਵੜੀ ਨਹੀਂ ਕਿਉਂ ਮੈਂ ਫੜ ਲੈਣਾ ਪਾਣੀ ਦੀ ਬੋਤਲ ਦੇ ਦੋ ਮੈਨੂੰ ਹੁਣ ਚੱਲੀਏ ਇੰਨਾ ਟਾਈਮ ਆ ਸਾਈਜ਼ ਦਾ ਪੰਗਾ ਪੈਣ ਦਿਓ ਚਲੋ ਮੈਡਮ ਜੀ ਇੰਨਾ ਟਾਈਮ ਆ ਬਸ ਬਸ ਬਹੁਤ ਸਾਈਜ਼ ਮੈਡਮ ਛੇਤੀ ਕਰ ਆਹੀਂ ਵੀ ਜਾਣਾ ਵਾ ਸਾਈਜ਼ ਸੂਈਜ਼ ਦਾ ਨਹੀਂ ਪਤਾ ਸਾਈਜ਼ ਕਹਿੰਦੇ ਮੈਂ ਸਾਈਜ਼ ਚਲੋ ਸ਼ੁਕਰ ਆ ਬਾਬਾ ਸ਼ੁਕਰ ਆ ਤਾਂ ਹੀ ਮੰਦੇ ਮੈਂ ਤਾਂ ਨਾਲ ਨਹੀਂ ਆਉਂਦਾ ਬਾਬਾ ਬਾਬਾ ਇਕੱਲੀ ਆ ਕਰ ਸਿਰਫ ਤੈਨੂੰ ਨਾਲ ਲੈ ਕਰ ਸ਼ੋਪਿੰਗ ਕਰਨ ਚੰਗਾ ਇੱਕ ਸ਼ੋਪ 'ਤੇ ਹੀ ਥੈਂਕ ਯੂ ਇੱਕ ਸ਼ੋਪ 'ਤੇ ਹੀ ਮੈਡਮ ਇੰਨਾ ਟਾਈਮ ਲੱਗ ਗਿਆ ਬਾਕੀਆਂ ਦੇ ਤੂੰ ਕੀ ਕਰਨਾ ਦੱਸ ਉੱਧਰ ਵੇਖ ਲਾ ਉਹ ਵੀ ਗੁੱਸੇ 'ਚ ਬੈਠਾ ਸੀ ਚੌਧਰੀ ਪੰਜ ਦਸ ਮਿੰਟ ਲੱਗਣੇ ਬਸ ਆਪਾਂ ਗੱਡੀ ਲਾਉਣੀ ਨਾ ਗੱਡੀ ਉਤਾਰ ਦੇਣਾ ਆਪਾਂ ਵੀਰ ਬਰੋ ਇਹਨੂੰ ਉਤਾਰਦੇ ਲਾਸਟ ਡੇ ਅੱਜ ਬਰੋ ਪਰ ਗਾਂ ਤੋਂ ਇਹਦੇ ਨਾਲ ਕਦੀ ਸ਼ੋਪਿੰਗ ਕਰਨਾ ਹੋਵੇ ਤੇ ਵੀਰ ਤੁਸੀਂ ਕੀ ਕਹੋਗੇ ਵੀਰੇ ਫਿਰ ਮੈਨੂੰ ਤੇ ਆਉਣਾ ਹੀ ਪੈਣਾ ਸੀ ਫਿਰ ਮੈਨੂੰ ਰੋਟੀ ਨੀ ਨਾ ਮਿਲਣੀ ਬਾਅਦ ਚ ਫਿਰ ਚੱਕਰ ਦੇ ਵੀ
ਵੀਰੇ ਫੇਰ ਤੁਸੀਂ ਕਹਿੰਦੇ ਜੇ ਵੀ ਮੈਂ ਆਪ ਪਕਾਇਆ ਕਰਾਂ ਕਹਿੰਦਾ ਮੰਮੀ ਛੜਿਆ ਮੰਮੀ ਰੋਜ਼ ਭੁਰਜੀ ਬਣਿਆ ਕਰੇ ਹੰਡਿਆ ਓ ਯੰਮੀ ਓ ਯੰਮੀ ਓ ਵੇ ਮੈਡਮ ਕਿੰਨਾ ਟਾਈਮ ਲਾਉਣਾ ਤੁਸੀਂ ਅਜੇ ਓ ਚੀਜੀ ਹਾਂ बड़ी तेज है ना तेन घरे बना ना पवे कुछ वैसे मैडम जिदा मर्जी तुम क्या पांच मिनट घंटा लवा दिया मॉल के हजे तुहाडी टर्न आनी है ना बस सही है 15-20 मिनट इत्थे ला देने तुसीं ना ना मैडम जी सिद्ध की खाना तुसी भी ओवे पत्तू थोड़ा भी पैक होंदा फूड की लेना जान तुसी सिफ्त मम्मा ने दे दे पुत मम्मा का फूड सुना फिर मेरा वीर नहीं चल फिर सोची दी ताहों में गी कीती बेवफाई मैं सोची दी ताहों में गी कीती बेवफाई मैं याद तेरी दिल विचों कदे ना पुलाई मैं पर पारे अखां में डोलियां नी जांदियां पर पर अखां डोलियां नी जांदियां कुछ गल्लां हुंदियां जो बोलियां नी जांदियां कुछ गल्लां हुंदियां जो बोलियां नी जांदियां वाह जी वाह जी वाह।